ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਹੋਪ ਕਰਦੇ ਤੁਸੀਂ ਸਾਰੇ ਘੈਂਟ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਸ ਅਰਸ਼ ਤੇ ਗਾਈਜ਼ ਜਿਵੇਂ ਕਿ ਤੁਹਾਨੂੰ ਪਤਾ ਅੱਜ ਹੈਗਾ ਵੈਲੇਂਟਾਈਨਸ ਡੇ ਤੇ ਮੈਂ ਅਰਸ਼ ਦੇ ਲਈ ਇੱਕ ਬੜਾ ਪਿਆਰਾ ਜਿਹਾ ਛੋਟੂ ਜਿਹਾ ਸਰਪ੍ਰਾਈਜ਼ ਸੋਚਿਆ ਕਿ ਜਿਹਦੇ ਨਾਲ ਉਹਦੇ ਫੇਸ ਸਮਾਈਲ ਆਏਗੀ ਤੇ ਮੈਂ ਗਾਈਜ਼ ਲੈਣ ਜਾ ਰਿਹਾ ਇੱਕ ਅਰਸ਼ ਦੇ ਲਈ ਪਿਆਰਾ ਜਿਹਾ ਕਾਰਡ ਐਂਡ ਬਾਏ ਕਰਾਂਗੇ ਇੱਕ ਪਿਆਰਾ ਜਿਹਾ ਬੁੱਕੇ ਐਂਡ ਉਹਨੂੰ ਮੈਂ ਲੈ ਕੇ ਜਾਊਂਗਾ ਅੱਜ ਇੱਕ ਪਿਆਰੀ ਜਿਹੀ ਕੌਫੀ ਡੇਟ ਤੇ ਸੋ ਅੱਜ ਮੈਂ ਸੋਚਿਆ ਗਾਈਜ਼ ਕਿ ਅੱਜ ਕਿਉਂ ਨਾ ਕੁਆਲਿਟੀ ਟਾਈਮ ਸਪੈਂਡ ਕੀਤਾ ਜਾਵੇ ਇੱਕ ਦੂਜੇ ਦੇ ਨਾਲ ਐਂਡ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਬਾਕੀ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਚੱਲਦੇ ਹਾਂ ਪਹਿਲਾਂ ਕਾਰਡ ਬਾਏ ਕਰਦੇ ਹਾਂ ਫਿਰ ਆਪਾਂ ਬੁੱਕੇ ਬਾਏ ਕਰਦੇ ਹਾਂ ਤੇ ਐਂਡ ਦੇਖਦੇ ਹਾਂ ਅਰਸ਼ ਦਾ ਰਿਐਕਸ਼ਨ ਤੇ ਉਹਨੂੰ ਲੈ ਕੇ ਚੱਲਦੇ ਹਾਂ ਥੋੜ੍ਹਾ ਘੁੰਮਦੇ ਫਿਰਦੇ ਹਾਂ ਤੁਸੀਂ ਵਲੌਗ 'ਚ ਬਣੇ ਰਹੋ ਆਪਣਾ ਬੁੱਕੇ ਵੀ ਆ ਗਿਆ ਤੇ ਆਪਣਾ ਕਾਰਡ ਵੀ ਲੈ ਲਿਆ ਤੇ ਮੈਂ ਹੁਣ ਆ ਗਿਆ ਘਰ ਦੇ ਬਾਹਰ ਗਾਈਜ਼ ਤੇ ਹੁਣ ਮੈਂ ਅਰਸ਼ ਨੂੰ ਕਰੂੰਗਾ ਕਾਲ ਤੇ ਉਹਨੂੰ ਬਾਹਰ ਬੁਲਾਊਂਗਾ ਤੇ ਆਪਾਂ ਹੁਣ ਚੱਲਦੇ ਹਾਂ ਕਾਫੀ ਡੇਟ ਤੇ ਤੇ ਇਹ ਸਭ ਕੁਛ ਉਹਨੂੰ ਮੈਂ ਉੱਥੇ ਜਾ ਕੇ ਦੇਵਾਂਗਾ ਤੇ ਦੇਖਦੇ ਹਾਂ ਉਹਦਾ ਰਿਐਕਸ਼ਨ ਕੀ ਹੁੰਦਾ ਆ ਤੇ ਓਬਵੀਅਸਲੀ ਉਹ ਖੁਸ਼ ਤਾਂ ਹੋਏਗੀ ਹੋਏਗੀ ਤੇ ਬਾਕੀ ਚਲੋ ਹੁਣ ਉਹਨੂੰ ਕਾਲ ਕਰਦੇ ਹਾਂ ਤੇ ਫਿਰ ਆਪਾਂ ਦੇਖਦੇ ਹਾਂ ਕਿ ਮਿਲਦੇ ਹਾਂ ਕਰੋ ਸਟਾਰਟਿੰਗ ਨਹੀਂ ਕਿੱਦਾਂ ਕਿੱਦਾਂ ਮਤਲਬ ਸਟਾਰਟਿੰਗ ਦੱਸ ਕਿੱਥੇ ਜਾਣਾ ਵੈਲੈਂਟਾਈਨਸ ਡੇ ਆ ਚੱਲ ਦੱਸ ਕਿੱਥੇ ਜਾਣਾ ਜਿੱਥੇ ਮਰਜੀ ਵੈਲੈਂਟਾਈਨ ਡੇ ਰੋਜ਼ ਹੀ ਹੁੰਦਾ ਨਥਿੰਗ ਸਪੈਸ਼ਲ ਹਾਂ ਉਹ ਤੇ ਹੈ ਹੈ ਨਾ ਸਾਡਾ ਰੋਜ਼ ਆ ਵੈਲੈਂਟਾਈਨ ਪਰ ਤੇਰੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਆ ਮੈਂ ਲੈ ਲੂੰਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਚਲੀਏ ਫਿਰ ਚਲੋ ਗਾਈਜ਼ ਆਪਾਂ ਚੱਲਦੇ ਹਾਂ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਹੁਣ ਆਪਾਂ ਉੱਥੇ ਚੱਲਦੇ ਹਾਂ ਦੱਸਿਆ ਸੀ ਸਾਨੂੰ ਵੀ ਦੱਸ ਦੋ ਸੋਨੇ ਹੋ ਚੱਲ ਤੈਨੂੰ ਇਹ ਦੱਸ ਦਿੰਨਾ ਆਪਾਂ ਇੱਕ ਕਾਫੀ ਡੇਟ ਤੇ ਚੱਲੇ ਆ ਪਿਆਰੀ ਜੀ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਆਹੀ ਮੈਨੂੰ ਲੱਗਦਾ ਫਿਰ ਉੱਥੇ ਚੱਲਦੇ ਆ ਉੱਥੇ ਜਾ ਕੇ ਚੱਲ ਇੰਨਾ ਕੁ ਦੱਸਤਾ ਤੈਨੂੰ ਠੀਕ ਹੈ ਓਕੇ ਬਾਕੀ ਚਲੋ ਆਪਾਂ ਗਾਈਜ਼ ਹੁਣ ਅੱਗੇ ਜਾ ਕੇ ਮਿਲਦੇ ਆ ਨਹੀਂ ਬ੍ਰਿਜ ਤੋਂ ਚੱਲਦੇ ਆ ਬ੍ਰਿਜ ਤੋਂ ਇਹਦੇ ਤੇ ਦੱਸ ਤਾ ਫਿਰ ਤੁਹਾਡਾ ਸਰਪ੍ਰਾਈਜ਼ ਰਿਵੀਲ ਹੋ ਗਿਆ ਨਹੀਂ ਆਹ ਇਹ ਥੋੜੀ ਸਰਪ੍ਰਾਈਜ਼ ਹੈ ਓਕੇ ਕੁਛ ਹੋਰ ਚਲੋ ਠੀਕ ਬਾਕੀ ਚਲੋ ਇਹ ਵੀ ਇੱਕ ਸਰਪ੍ਰਾਈਜ਼ ਹੈ ਚਲੋ ਐਕਸਾਈਟਡ ਚਲੋ ਚਲੋ ਮਸਤ ਲੱਗੀ ਚਲੋ ਪਹੁੰਚ ਗਏ ਗਾਈਜ਼ ਆਪਾਂ ਕੈਫੇ ਆ ਜਾਓ ਤੇ ਹੁਣ ਪੀਂਦੇ ਆ ਕਾਫੀ ਡਿੱਗੀ 'ਚ ਕੁਛ ਨਹੀਂ ਗਾ ਅੱਗੇ ਚੱਲ ਡਿੱਗਣਾ ਪਈ ਮੋਟਿਆ ਚੱਲ ਠੀਕ ਆ ਆ ਜਾਓ ਸੋ ਗਾਈਜ਼ ਆਪਾਂ ਆਏ ਹਾਂ ਬ੍ਰਿਸਤਾ ਹੁਣ ਕਾਫੀ ਪੀਵਾਂਗੇ ਕਿੱਦਾਂ ਲੱਗਾ ਵਧੀਆ ਲੱਗ ਰਿਹਾ ਬੈਠੋ ਜੀ ਫਸ ਕੇ ਜਾ ਰਹੀ ਹੈ ਇੱਧਰੋਂ ਨਹੀਂ ਗਈ ਹੈ ਪਹਿਲੋ ਮੈਨਿਊ ਜੋ ਦਿਲ ਕਰਦਾ ਮਾਰੋ ਆਰਡਰ ਵੈਲੈਂਟਾਈਨ ਡੇ ਵਾਲੇ ਦਿਨ ਮੈਂ ਕਿਹਾ ਕਰ ਹਾਂ ਇੱਕ ਤੇ ਹੱਥ ਹੀ ਫੜਿਆ ਮੈਂ ਗਿਫਟ ਮਾਰੋ ਆਰਡਰ ਆਰਡਰ ਤੇ ਹੋ ਗਿਆ ਆਪਣਾ ਧਿਆਨ ਹੀ ਇੰਨੀ ਹੈ ਸਟ੍ਰੀਕਾਂ 'ਚ ਫੋਟੋ ਖਿੱਚ ਰਿਹਾ ਸੀ ਦਈਏ ਫਿਰ ਸਰਪ੍ਰਾਈਜ਼ ਛੋਟਾ ਜਿਹਾ ਹੋਇਆ ਯਾਰ ਤੇਰੇ ਲਈ ਕੁਛ ਵੱਡਾ ਨਹੀਂ ਹੈਗਾ ਮਤਲਬ ਨੋਰਮਲ ਜਿਹਾ ਸਰਪ੍ਰਾਈਜ਼ 2 ਮਿੰਟ ਦੀ ਖੁਸ਼ੀ ਦੇਣ ਵਾਸਤੇ ਗਿਫਟ ਨਹੀਂ ਹੈਗਾ ਕੋਈ ਸਰਪ੍ਰਾਈਜ਼ ਦਾ ਛੋਟਾ ਜਿਹਾ ਜੋ ਵੀ ਹੈ ਚਲੋ ਮੇਰੀ ਤਾਂ ਲਿਆਵਾਂ ਚਲੋ ਗਾਈਜ਼ ਆਪਾਂ ਲੈ ਹੀ ਜਾਂਦੇ ਹਾਂ ਅੱਛਾ ਕਾਫੀ ਪੀਣ ਲੈ ਉਹ ਤਾਂ ਕੋਈ ਨਹੀਂ ਮੈਂ ਜਾਣ ਕੇ ਇਹਨੂੰ ਛੇੜਨ ਤੋਂ ਮਜ਼ਾ ਆਉਂਦਾ ਚੱਲ ਕੋਈ ਨਹੀਂ ਮੈਂ ਲੈ ਕੇ ਬਾਕੀ ਗਾਈਜ਼ ਹੁਣ ਮੈਂ ਲੈ ਕੇ ਆਉਂਦਾ ਹਾਂ ਅੱਗੇ ਵੀਡੀਓ ਅਰਸ਼ੀ ਸ਼ੂਟ ਕਰੇਗੀ ਤੂੰ ਸ਼ੂਟ ਕਰੀ ਨਾ ਮੈਂ ਲੈ ਕੇ ਆਊਂਗਾ ਤੇਰੇ ਲਈ ਉਹ ਵਾਲਾ ਕਰੋਗੇ ਫਿਰ ਗਿਫਟ ਤੇ ਮੈਂ ਉੱਥੇ ਹੀ ਰਹਿ ਜਾਵਾਂਗੇ ਸਰਪ੍ਰਾਈਜ਼ ਆ ਆਈ ਡੋਂਟ ਨੋ ਸੱਚੀ ਨਹੀਂ ਪਤਾ ਕੀ ਆ ਬਟ ਲੈਟਸ ਸੀ ਕੀ ਬਣਦਾ
नहीं नहीं अच्छे आ रहे हो गाइस, दिस इज द गिफ्ट सरप्राइज। अच्छा ये भी मेरे लिए है, मैं क्या आज ही मैंने पता सी ना, मैं कह रहा सी ना कि कार्ड लेन जाओगे। चल तू देखता सही है। तो गाइस अब के मिला मैंने मुझे बोलो ते मेरे वाला भी तो हैप्पी बर्थडे सोला लगा तो सीधे तब मेरे टैग को जाएगा। हां एक बाकी अर्शन यही एक समाइल होंगी है सिर्फ दो मिनट की जी मैं लिया सी ते वो आई गई वैसे तो खुश हो गई। सो गाइस साड़ी कॉफी भी आ गई तू पहले सलाह कर ला तू है कौन गाइस कॉफी देखने इतनी प्यारी लग रही है तो पीन दे ले कर रहा पर पीनी पैनी है आप कॉफी इंजॉय कर लिए फिर तुम मिलते हैं ठीक है जी। गाइस कॉफी होगी खत्म ते एंड कॉफी सी बहुत टेस्टी सी है ना। हूँ इतने चल रहे इलां वाला काम कि स्टोरीज वाला ओके 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 तो फिर किदा दा लगा मेरा छोटा जिहा सरप्राइज जेन्युइनली जेन्युइनली बहुत 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 वधिया मजा आया बहुत वधिया गाइस आई थिंक पहला वैलेंटाइन है जेड़ा असी सेलिब्रेट कीता है क्योंकि वैलेंटाइन डे हमेशा साडा सुस्ती दी निकल जांदा है ना। फर्स्ट वैलेंटाइन डे ते मैं जस नु सरप्राइज दित्ता सी होटल रूम बुकिंग सीगी बट ओदो जस नु कुछ हेल्थ इश्यूज हो गए सी इस करके ओ भी कुछ सेलिब्रेट मैंने गाइस ओदो कोल्ड हो गया सी ते इन्ना क ज्यादा हो गया सी के बाद चो आपा सेलिब्रेट ही नहीं कर पाए। लास्ट ईयर भी सानू दोनों नु फीवर हो गया सी एंड फाइनली इस साल एंड ए गाइस जेड़ा कार्ड आ बहुत ही ज्यादा सोहना ते आई थिंक जस वलो मेनू पहला कार्ड मिलया जिंदगी च रोमांटिक वाला कार्ड रोमांटिक वाला नहीं यार कार्ड ते ते कभी मेनू दित्ता नहीं दे दे दित्ता गिफ्ट देंदे आ बट आ मेनू जेन्युइनली गिफ्ट नालों बहुत बहुत ज्यादा वधिया लगा क्योंकि मेनू एदी एक्सपेक्टेशन नहीं सी गिफ्ट ताही नहीं लेके आया सी क्योंकि मेनू पता सी ए हैगा देने क रोमांटिक के मतलब एक दो मिनट दी खुशी मैं कह सकदा हां ब्यूटीफुल फ्लावर दिते ने मेरे सब तो बड़े फ्लावर ने ਤੁਸੀਂ ਆਪ ਹੀ ਮੇਰੇ ਲਈ ਫੁੱਲ ਲੋ ਤੇ ਆਗਾ ਲੈ ਕੇ ਆਇਓ ਬਸ ਕਰ ਦੋ ਕੋਈ ਗੱਲ ਨਹੀਂ ਨਹੀਂ ਆ ਮੇਰੇ ਵੱਲੋਂ ਵੀ ਤੁਹਾਨੂੰ ਹੈਪੀ ਵੈਲੈਂਟਾਈਨ ਫ੍ਰੈਗਰੈਂਸ ਬਹੁਤ ਸੋਹਣੀ ਹੈ ਗਾਇਸ ਯੂ ਕੈਨ ਸਮੈਲ ਇਟ ਫਰਮ ਦਾ ਵਲੌਗ ਤੁਸੀਂ ਵਲੌਗ ਤੋਂ ਸਮੈਲ ਕਰਕੇ ਦੇਖੋ ਤੇ ਬਾਕੀ ਹੁਣ ਨਾ ਆਪਾਂ ਗਾਇਸ ਇੱਥੇ ਕਾਫੀ ਪੀ ਰਹੇ ਸੀ ਤੇ ਇਹ ਹੈਗਾ ਆ ਸਾਡੇ ਨਾਨਕੇ ਘਰ ਦੇ ਲਾਗੇ ਬਿਲਕੁਲ ਕਲੋਜ਼ ਹੈ ਬਿਲਕੁਲ ਕਲੋਜ਼ ਆ ਤੇ ਮੰਮਾ ਦਾ ਫੋਨ ਆਇਆ ਉਹ ਨਾਨੀ ਘਰ ਹੀ ਆਏ ਹੋਏ ਆ ਤੇ ਉਹ ਕਹਿੰਦੇ ਤੁਸੀਂ ਇੱਧਰ ਆ ਜਾਓ ਮਿਲ ਕੇ ਜਾਇਓ ਤੇ ਹੁਣ ਆਪਾਂ ਉਹਨਾਂ ਵੱਲ ਜਾ ਰਹੇ ਆ ਤੇ बाकी ਤੁਸੀਂ ਕਮੈਂਟ ਕਰਕੇ ਦੱਸਿਓ ਕਿ ਅਰਸ਼ ਨੂੰ ਜਿੱਦਾਂ ਮੈਂ ਸਰਪ੍ਰਾਈਜ਼ ਦਿੱਤਾ ਛੋਟਾ ਜਿਹਾ ਸਰਪ੍ਰਾਈਜ਼ ਸੀ ਕੋਈ ਇਹਦੇ ਚ ਹੈ ਨਹੀਂ ਬਟ ਚਲੋ 2 ਮਿੰਟ ਦੀ ਖੁਸ਼ੀ ਮਿਲੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਯਾਰ ਹੈਪੀ ਵੈਲੈਂਟਾਈਨ ਡੇ ਸਾਰਿਆਂ ਨੂੰ ਵੀ ਇਹ ਪਿਆਰ ਦਾ ਦਿਨ ਜਿੰਨੇ ਵੀ ਯੰਗਸਟਰਸ ਜਿਹੜੇ ਵੀ ਲੋਕੀ ਸਾਡਾ ਵਲੌਗ ਦੇਖਦੇ ਸਾਰਿਆਂ ਨੂੰ ਹੈਪੀ ਵੈਲੈਂਟਾਈਨ ਡੇ क्योंकि वैलेंटाइन डे उन्हां लई है जेड़े सारे एक दूजे नूं प्यार करदे आ भावे ओह कोई मां प्यो आ भावे वाइफ है चाहे कोई भी है जसू मेरे हस्बैंड ने चलो बाकी गाइस हुण आपां नानके चलदे आ ते उत्थे जाके मिलदे आ तुहानूं देखदे उत्थे की रौनक मेला लगा चलिए चलो चलिए हैप्पी हो गया मैं वेलो ते हैप्पी है तू अगे वी नच ओ बेबे हैप्पी वैलेंटाइन डे थैंक यू ਵਧੀਆ ਅੱਗੋਂ ਉਹਨਾਂ ਨੂੰ ਦੇ ਦੋ ਨਾ ਤੁਸੀਂ
ਵੈਲੈਂਟਾਈਨ ਡੇ ਹੈਪੀ ਵੈਲੈਂਟਾਈਨ ਡੇ ਬਾ ਇਹ ਹੰਸਾ ਦਾ ਜੋੜਾ ਸਾਡਾ ਨਾਲ ਹੋ ਨਾ ਲਓ ਜੀ ਹੰਸਾ ਦਾ ਜੋੜਾ ਵੈਲੈਂਟਾਈਨ ਡੇ ਇੱਕ ਦੂਜੇ ਨੂੰ ਕਹੋ ਨਾ ते पापा नू कह दो आई लव यू आप आ गए हैं घर ते की चल रहा भी बस कुछ नहीं हम ते समान समेट रहे हैं वहाँ रील शूट कितनी है भूख लगी है खा दो कुछ यार मैं हूँ चलना हूँ मैगी बनानी बनाएगा yes. तू बनाएगा Obviously. मेरे लिए गगन चलो बुलाओ फिर हाँ कर लो चेंज मैं भी कर लांगे रहन दा जे उठ जाइए फिर उठ जाइए गाइस मैं देखो खिलर के पिया आया बहुत सोनी है ना परफ्यूम सोना पाया गाइस कारी बहुत सोना है मैं तो आज आही देखी देना वा क्योंकि आज सोने पहली बार मेनू कार्ड देता है तू खुश है ना तेरे सोना लगा ना यस बस ठीक है ओ फोल्ड हो गया थल्ले थोड़ा जा ओ तो ही डालनी ओ पीछे जो खलारा पिया वो किने चुकना गाइस ओ रेडी सन तो आए सी आपां साडा अटैची ओदा ही पिया आ नहीं पहला मैगी खाऊंगा फिर रोटी खाऊंगा सब कुछ खाऊंगा मना ही किसी चीज नहीं कितना टाइम लगेगा रखी बेसी हो रही ना पता मेरे हल नहीं देखेगी चमच कि नहीं थोड़ा सा खा लूंगा कोई नहीं खा लीजिए वाह जी वाह इतना प्यार है मैं उदन वाला भी संभाल के रखा है वो भी दिखाऊंगा आपको हाँ दिखाओ क्या बात है इधर नाल कितने के दिन चल जाते हैं मोटो आ देख लो तुसी मैंने उस दिन दिता सी ते अजे तक पूरा फ्रेश है हाँ नहीं ते कदे दिन ची खराब हो जाते हैं कितना के दिन चल जाते तीन चार दिन तो चल ही जाते होंगे चार दिन तो हो गया हाँ हो ही गए है ना ਇਹ ਵੀ ਚੱਲਣਗੇ ਦੋ ਕੁ ਦਿਨ ਹਾਂਜੀ ਤਾਂ ਹੀ ਮੈਂ ਪਾਣੀ ਚ ਰੱਖ ਰਿਹਾ ਆ ਇੱਕ ਉਧਰ ਵਾਲੇ ਮੰਮਨ ਦੇ ਦਊਂਗਾ ਠੀਕ ਹੈ ਆ ਉਹਨਾਂ ਵਾਸਤੇ ਲੈ ਕੇ ਜਾਣਾ ਚਲੋ ਠੀਕ ਹੈ ਓਕੇ ਭਾਵੇਂ ਇਹਦੇ ਵਿੱਚ ਹੀ ਲੈ ਜਾ ਨਹੀਂ ਉਹ ਦੱਸੋ ਪੂਰੇ ਬੁੱਕੇ ਚ ਇੱਕ ਫੁੱਲ ਦਾ ਵੀ ਦਊਂਗੀ ਐਦਾਂ ਇੱਕ ਫੁੱਲ ਦੇ ਦਊਂਗੀ ਉਹਨਾਂ ਨੇ ਕਹਿੰਦਾ ਤੀਲੇ ਨਾ ਕਿਹੜਾ ਫੁੱਲ ਹੁੰਦਾ ਪਰ ਉਹ ਮੈਂ ਹੀ ਐਦਾਂ ਆ ਤੇ ਕੀ ਕਰ ਸਕਦੇ ਆ ਐਦਾਂ ਦੇ ਦਊਂਗਾ ਚਲਿਏ ਫਿਰ ਚਲੋ ਯਾਰ ਚਲਿਏ ਚਲੋ ਗਾਇਜ਼ ਇੱਥੇ ਆਪਾਂ ਕਰਦੇ ਆ ਵਲੌਗ ਨੂੰ ਐਂਡ ਤੇ ਹੋਪ ਕਰਦੇ ਆ ਤੁਹਾਨੂੰ ਵਲੌਗ ਵਧੀਆ ਲੱਗਾ ਹੋਏਗਾ ਮੈਨੂੰ ਤੇ ਬਹੁਤ ਵਧੀਆ ਲੱਗਾ ਤੇ ਬਾਕੀ ਗਾਇਜ਼ ਹੁਣ ਆਪਾਂ ਮਿਲਦੇ ਆ ਕੱਲ ਦੀ ਵੀਡੀਓ ਚ ਕੱਲ ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਯੈਸ ਹਾਂ ਹਾਂ ਗਾਇਜ਼ ਸਰਪ੍ਰਾਈਜ਼ ਹੈ ਤੁਹਾਨੂੰ ਇਹਨਾਂ ਦੱਸ ਦੇਣੀ ਹੈ ਕਿ ਮੰਮਾ ਪਾਪਾ ਦੀ ਪਰਸੋਂ ਯਾਨੀ ਕਿ 16th ਆਫ ਫੈਬਰੀ ਨੂੰ ਸਾਡੇ ਮੰਮਾ ਪਾਪਾ ਦੀ 25th ਐਨੀਵਰਸਰੀ ਹੈ ਸਿਲਵਰ ਜੁਬਲੀ ਤੇ ਉਹਦੇ ਲਈ ਕੁਝ ਸਪੈਸ਼ਲ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਕੱਲ ਵਾਲੇ ਵਲੌਗ 'ਚ ਦੱਸਾਂਗੇ ਤੇ ਹੁਣ ਇੱਥੇ ਕਰਦੇ ਹਾਂ ਵੀਡੀਓ ਨੂੰ ਐਂਡ ਐਂਡ ਹੈਪੀ ਵੈਲੈਂਟਾਈਨ ਡੇ ਟੂ ਆਲ ਆਫ ਯੂ ਤੇ ਓਕੇ ਗਾਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਤੇ ਗਾਇਸ ਮਿਲਦੇ ਹਾਂ ਕੱਲ ਦੀ ਵੀਡੀਓ 'ਚ ਬਾਏ 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 ਬਾਏ